ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
Vaheguru, 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 Vaheguru
Vaheguru, 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 ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਗਰੀਬਾਂ ਨੂੰ ਨਵਾਜਣ ਵਾਲਾ ਪਛਾੜਿਆਂ ਲਤੜਿਆਂ ਨੂੰ ਚੁੱਕ ਕੇ ਸ਼ਹਿਨਸ਼ਾਹੀਆਂ ਬਖਸ਼ਣ ਵਾਲਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਪੌਂਡਾ ਸਾਹਿਬ ਦੀ ਮੁਬਾਰਕ ਧਰਤੀ ਤੋਂ ਬਖਸ਼ਾਂ ਦਾ ਮੀਂਹ ਪਾਉਂਦੇ ਬਖਸ਼ਾਂ ਦੀ ਬਰਸਾਤ ਕਰਦੇ ਸਤਿਗੁਰੂ ਗਰੀਬ ਨਿਵਾਜ ਜਾਪ ਸਾਹਿਬ ਦੀ ਬਾਣੀ ਅਨੁਭਵੀ ਗਿਆਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਉਸ ਅਕਾਲ ਪੁਰਖ ਦਾ ਸਰੂਪ ਦੱਸਦੇ ਹੋਏ ਅੱਜ ਇਸ ਬਚਨ ਵਿੱਚ ਆਏ ਨੇ ਵੀ ਅਨ ਭਾਵ ਅਨਾਸ ਜਿਹੜਾ ਗਿਆਨ ਹੁੰਦਾ ਹੈ ਨਾ ਕਿਸੇ ਦਿਨ ਨਾਸ ਹੋ ਜਾਂਦਾ ਜਿਹੜਾ ਆਪਣਾ ਬੰਦੇ ਦਾ ਗਿਆਨ ਹੈ ਨਾ ਆਪਣੀ ਪੜ੍ਹਾਈ ਆ ਕਿਤੇ ਜਾ ਕੇ ਕਹਿੰਦੀ ਨਹੀਂ ਇਹਦੇ ਤੋਂ ਅੱਗੇ ਵੀ ਕੋਈ ਬੈਠਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਜਿਹੜਾ ਤੇਰਾ ਅਨੁਭਵੀ ਗਿਆਨ ਹੈ ਜਿਹੜਾ ਤੇਰਾ ਅਨੁਭਵ ਹੈ ਉਹ ਅਨਾਸ ਹੈ ਅਨੁਭਵ ਅਨਾਸ ਨਾਸ ਨਾ ਹੋਣ ਵਾਲਾ ਹੈ ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ ਮਨ ਮਨ ਪ੍ਰਕਾਸ਼ ਜਿੰਨੇ ਰਿਸ਼ੀ ਮੁਨੀ ਨੇ ਜਿਨ੍ਹਾਂ ਨੂੰ ਅੱਜ ਤੱਕ ਅਨੁਭਵ ਹੋਇਆ ਹੈ ਉਹਨਾਂ ਦੇ ਹਿਰਦੇ ਵਿੱਚ ਤੇਰਾ ਹੀ ਗਿਆਨ ਆ ਤੇਰਾ ਹੀ ਪ੍ਰਕਾਸ਼ ਆ ਜਿਨ੍ਹਾਂ ਨੇ ਕੋਈ ਪਤੇ ਦੀ ਗੱਲ ਕੀਤੀ ਹੈ ਨਾ ਉਹਨਾਂ ਦਾ ਆਪਣਾ ਨਹੀਂ ਗਾ ਇਹ ਗਿਆਨ ਤੇਰਾ ਗਿਆਨ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਤੇਰੀ ਕਿਰਪਾ ਹੋਈ ਜਿਹੜਾ ਅਨੁਭਵੀ ਗਿਆਨ ਆ ਉਹਦੀ ਇੱਕ ਬਹੁਤ ਸੋਹਣੀ ਬਖਸ਼ਿਸ਼ ਛਾਪੀ ਉਹ ਬੰਦਾ ਜਿਸ ਬੰਦੇ ਕੋਲ ਅਨੁਭਵੀ ਗਿਆਨ ਹੈ ਨਾ ਉਹ ਡਰਦਾ ਨਹੀਂ ਜਿਹੜਾ ਗਿਆਨੀ ਆ ਉਹ ਡਰਦਾ ਹੈ ਉਹ ਬਚਨ ਬੜੇ ਤੋਲ ਨਾਪ ਕੇ ਬੋਲੂਗਾ ਜਿਹੜਾ ਗਿਆਨੀ ਆ ਵੀ ਜੋ ਮੈਂ ਸੁਣਾਉਣ ਲੱਗਾ ਕਿਸੇ ਹੋਰ ਨੇ ਨਾ ਸੁਣਾਇਆ ਹੋਵੇ ਅਤੇ ਉਹਨੇ ਚੰਗੇ ਤਰੀਕੇ ਨਾਲ ਨਾ ਸੁਣਾਇਆ ਹੋਵੇ ਗਿਆਨੀ ਹਮੇਸ਼ਾ ਹੀ ਭੈ ਭੀਤ ਹੁੰਦਾ ਡਰਿਆ ਹੁੰਦਾ ਜਿੰਨੇ ਗਿਆਨੀ ਹੁੰਦੇ ਤੁਸੀਂ ਵੇਖਿਓ ਕਦੀ ਬਹੁਤ ਡਰਦੇ ਆ ਵਕਤਾ ਜਿਹੜੇ ਨੇ ਜਿੰਨੇ ਲੋਕ ਨੇ ਮਗਰੋਂ ਕਹਿਣਗੇ ਜੀ ਮੈਨੂੰ ਮੁਆਫ਼ੀ ਦਿਓ ਮੇਰੀਆਂ ਗਲਤੀਆਂ ਮੁਆਫ਼ ਕਰ ਦਿਓ ਮਗਰ ਰੱਬ ਜਾਂ ਕੋਈ ਸਾਧੂ ਮਹਾਤਮਾ ਮਗਰੋਂ ਮੁਆਫ਼ੀ ਨਹੀਂ ਮੰਗਦਾ ਉਹਨੇ ਗਿਆਨ ਆਪਣੇ ਕੋਲੋਂ ਨਹੀਂ ਦਿੱਤਾ ਉਹਦੇ ਅੰਦਰੋਂ ਜਿਹੜਾ ਚਸ਼ਮਾ ਫੁੱਟਿਆ ਹੈ ਨਾ ਉਹਨੇ ਕਿਹਾ ਮੇਰਾ ਕੁਝ ਹੁੰਦਾ ਤਾਂ ਮੈਂ ਮੁਆਫ਼ੀ ਮੰਗਦਾ ਤਾਂ ਮੈਂ ਕਹਿਆ ਕਹਿਣ ਜਾਂ ਤੁਜੇ ਕਹਾਇਆ ਮੈਂ ਤਾਂ ਉਹ ਕਿਹਾ ਜੋ ਤੂੰ ਕਹਾਇਆ ਹੈ ਮਗਰ ਗਿਆਨੀ ਪੈ ਪੀਤਾ ਮੇਰੇ ਸਾਹਿਬ ਕਹਿੰਦੇ ਜਿਹੜਾ ਤੇਰਾ ਗਿਆਨ ਹੈ ਨਾ ਉਹ ਨਾਸ ਹੋਣ ਵਾਲਾ ਨਹੀਂ ਅਨੁਭਵ ਅਨਾਸ ਉਹ ਕਿੱਥੋਂ ਮਿਲਦਾ ਹੈ ਮਨ ਮਨ ਪ੍ਰਕਾਸ਼ ਮੁਨੀਆਂ ਦੇ ਚੰਗੇ ਚੰਗੇ ਸਾਧੂਆਂ ਦੇ ਮਨ ਵਿੱਚ ਉਹਦਾ ਪ੍ਰਕਾਸ਼ ਹੁੰਦਾ ਹੈ ਉਹ ਜਿਹੜਾ ਅਨੁਭਵੀ ਗਿਆਨ ਹੈ ਅਨੁਭਵੀ ਗਿਆਨ
ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਗੁਣ ਗਨ ਪ੍ਰਣਾਮ, ਗੁਣਾਂ ਦਾ ਅਣਗਿਣਤ ਭੰਡਾਰਾ ਹੈ ਤੂੰ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ, ਪ੍ਰਣਾਮ ਹੈ। ਜਲ ਥਲ ਮੁਦਾਮ, ਮੁੱਢ ਕਦੀਮ ਤੋਂ ਤੂੰ ਜਲ ਵਿੱਚ ਵੀ ਹੈ ਅਤੇ ਥਲ ਵਿੱਚ ਵੀ ਹੈ। ਇਹ ਨਹੀਂ ਵੀ ਜਲ ਵਿੱਚ ਹੀ ਹੈ ਅਤੇ ਥਲ ਵਿੱਚ ਹੈ ਨਹੀਂ, ਥਲ ਵਿੱਚ ਹੈ ਅਤੇ ਜਲ ਵਿੱਚ ਹੈ ਨਹੀਂ। ਜਿੱਥੇ ਵੀ ਜਲ ਅਤੇ ਥਲ ਵਿੱਚ ਤੂੰ ਅੱਜ ਦਾ ਨਹੀਂ, ਸੰਦੀਪ ਕਾਲ ਤੋਂ ਮੌਜੂਦ ਆ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਨਛਿਜ ਅੰਗ, ਜਿਹੜੇ ਤੇਰੇ ਅੰਗ ਨੇ, ਆ ਹੁਣ ਉਮਰ ਦੇ ਹਿਸਾਬ ਨਾਲ ਮਾਸ ਢਲਦਾ ਜਾਂਦਾ ਹੈ, ਸਰੀਰ ਬੁੱਢਾ, ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਮਗਰ ਹੇ ਅਕਾਲ ਪੁਰਖ, ਜਿਹੜਾ ਤੇਰਾ ਸਰੂਪ ਆ, ਉਹ ਛਿੱਜਣ ਵਾਲਾ ਨਹੀਂ, ਬੁੱਢਾ ਹੋਣ ਵਾਲਾ ਨਹੀਂ। ਅਨਛਿਜ ਅੰਗ, ਜਿਹੜੇ ਤੇਰੇ ਅੰਗ ਨੇ, ਹੱਥ ਨੇ, ਬਾਹਾਂ ਨੇ, ਸਰੀਰ ਆ ਜਿਹੜਾ ਤੇਰਾ, ਇੱਕ ਪਾਸੇ ਕਹਿੰਦੇ ਉਹਦਾ ਸਰੀਰ ਕੋਈ ਨਹੀਂ, ਮਗਰ ਇੱਥੇ ਕਹਿੰਦੇ ਜਿਹੜਾ ਤੇਰਾ ਸਰੂਪ ਆ ਨਾ, ਉਹ ਬੁੱਢੇ ਹੋਣ ਵਾਲਾ ਨਹੀਂ, ਛਿੱਜਣ ਵਾਲਾ ਨਹੀਂ, ਉਹ ਝੁਰੜੀਆਂ ਪੈਣ ਵਾਲਾ ਨਹੀਂ। ਸੰਦੀਪ ਕਾਲ ਲਈ ਸੁੰਦਰ ਹੈ ਤੂੰ, ਚੜ੍ਹਦੀ ਕਲਾ 'ਚ ਤੂੰ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਆਸਨ ਅਪੰਗ, ਜਿਹੜਾ ਤੇਰਾ ਆਸਨ ਆ, ਬੜੀਆਂ ਬੜੀਆਂ ਨੇਰੀਆਂ ਆਈਆਂ, ਬੜੇ ਬੜੇ ਰਾਜਿਆਂ ਦੇ ਆਸਨ ਹਿੱਲ ਗਏ, ਔਰੰਗਜ਼ੇਬ ਵਰਗੇ ਚਲੇ ਗਏ, ਆਸਨ ਹਿੱਲ ਗਿਆ। ਕਿੱਧਰ ਗਿਆ ਮੁਗਲੀਆ ਖਾਨ, ਹੁਣ ਮੁਗਲੀਆ ਖਾਨਦਾਨ ਕਿੱਥੇ ਆ, ਜਿਨ੍ਹਾਂ ਨੇ ਇੱਥੇ ਸੌਵਾਂ ਸੈਂਕੜੇ ਸਾਲ ਰਾਜ ਕੀਤਾ ਇੰਡੀਆ 'ਤੇ ਆਣ ਕੇ, ਅੰਗਰੇਜ਼ ਕਿੱਥੇ ਨੇ, ਜਿਨ੍ਹਾਂ ਦਾ ਚੜ੍ਹਦੇ ਤੋਂ ਲਹਿੰਦੇ ਤੱਕ ਝੰਡਾ ਚੁੱਲਦਾ ਸੀ, ਕਿੱਥੇ ਆ ਹੁਣ। ਬੜਿਆਂ ਬੜਿਆਂ ਦੇ ਆਸਣ ਹਿੱਲਦੇ ਨੇ, ਮਗਰ ਹੇ ਅਕਾਲ ਪੁਰਖ, ਤੇਰਾ ਆਸਨ ਜਿਹੜਾ ਉਹ ਅਪੰਗ ਆ, ਉਹ ਡੋਲਦਾ ਨਹੀਂ। ਸੰਦੀਪ ਲਈ ਅਚੱਲ ਆ, ਤੇਰੇ ਚਰਨਾਂ 'ਚ ਮੇਰੀ ਨਮਸਕਾਰ। ਉਪਮਾ ਅਪਾਰ, ਅਪਰੰਪਾਰ ਤੇਰੀ ਉਪਮਾ ਹੈ, ਸਾਚੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਊਚ ਅਪਾਰ ਬੇਅੰਤ ਸਵਾਮੀ। ਸਾਰਾ ਸਤਿਗੁਰੂ ਗਰੀਬ ਨੂੰ ਅੱਜ ਉੱਚੇ ਅਤੇ ਉੱਚਾ ਭਗਵੰਤ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਅਤੇ ਉੱਚਾ ਭਗਵੰਤ। ਉਹ ਮੇਰਾ ਸਤਿਗੁਰੂ ਪਾਤਸ਼ਾਹ ਦੇ ਬਾਰੇ ਲਿਖਦੇ, ਅਕਾਲ ਪੁਰਖ ਬਾਰੇ, ਵੀ ਜੇਵਾ ਏਕ ਅਤੇ ਉਸਤਤ ਅਨੇਕ, ਜੇਵਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਸਤਿਪੁਰਖ ਉਹ ਵਾਹਿਗੁਰੂ, ਅਤੇ ਪੂਰਨ ਵਿਵੇਕਤਾ ਦਾ ਭਰਿਆ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜਿਹੜੇ ਉਹਦੇ ਨਾਲ ਜੁੜਦੇ ਆ। ਵੇਖਿਆ ਉਹਨਾਂ ਵਿੱਚ ਵੀ ਉਹ ਗੁਣ ਆਈ ਜਾਂਦੇ, ਮਗਰ ਹੁਣ ਨਸਲ ਮੁੱਕੀ ਆ, ਹੁਣ ਤਾਂ ਪਖੰਡ ਆ। ਜਿਨ੍ਹਾਂ ਮਹਾਤਮਾਵਾਂ ਦੇ ਦਰਸ਼ਨ ਹੋਏ ਨੇ, ਬਾਬਾ ਹਰਬੰਸ ਸਿੰਘ ਸਾਹਿਬ ਜੀ, ਇਹ ਸਾਰੇ ਜਿੰਨੇ ਗੁਰਮੁਖ ਰੂਹਾਂ ਨੇ, ਇਹਨਾਂ ਦੇ ਕੋਲੋਂ ਗੱਲ ਸੁਣਦਿਆਂ ਐਂ ਲੱਗਦਾ ਸੀ ਵੀ ਜੇ ਕੋਈ ਤਾਜ਼ਾ ਮੱਖਣ ਨਿਕਲਿਆ ਹੈ। ਇਹਨਾਂ ਦੇ ਚਿਹਰੇ ਦੇ ਦਰਸ਼ਨ ਕੀਤਿਆਂ ਐਂ ਲੱਗਦਾ ਸੀ ਵੀ ਮੱਖਣ ਅਤੇ ਗਿਰੀ ਵਰਗੇ ਚਿਹਰੇ ਇਹਨਾਂ ਦੇ, ਕੱਲ ਕੱਲ ਕਰਦਾ ਸਰੀਰ, ਕਿਉਂਕਿ ਉਹਨਾਂ ਦਾ ਕਿਤੇ ਸੰਬੰਧ ਜੁੜਿਆ ਸੀ, ਜਿਹੜਾ ਨਵਾਂ ਰਹਿਣ ਵਾਲਾ ਰੱਬ ਆ ਉਹਦੇ ਨਾਲ ਉਹਨਾਂ ਦਾ, ਇਹ ਕਿਸੇ ਨਾਲ ਜੁੜੇ। ਕੋਈ ਕਹਿੰਦਾ ਮੇਰੇ ਵੱਡੇ ਮਹਾਂਪੁਰਸ਼ਾ ਸੀ, ਵੱਡੇ ਮਹਾਂਪੁਰਸ਼ਾ ਸੀ, ਵੱਡੇ, ਉਹ ਵੀ ਬੁੱਢੇ ਹੋ ਕੇ ਮਰੇ, ਇਹ ਵੀ ਬੁੱਢੇ ਹੋ ਗਏ। ਜਿਹੜੇ ਜਿਹੜੇ ਸਾਧੂ ਮਹਾਤਮਾ ਗੁਰਮੁਖ ਰੂਹਾਂ ਨੇ ਉਹਦੇ ਨਾਲ ਜੁੜਦੀਆਂ, ਜਿਹੜਾ ਨਾ ਉਹ ਬੁੱਢਾ ਅਤੇ ਨਾ ਉਹ ਬਾਲਾ, ਨਾ ਉਹ ਕਦੀ ਬਜ਼ੁਰਗ ਹੋਇਆ, ਨਾ ਕਦੀ ਉਹ ਬੱਚਾ ਸੀ, ਇੱਕ ਰਸ ਰਹਿਣ ਵਾਲਾ ਵਾਹਿਗੁਰੂ। ਹੇ ਵਾਹਿਗੁਰੂ, ਤੇਰੀ ਮਹਿਮਾ ਅਪਰੰਪਾਰ ਆ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਗਤਮਿਤ ਉਧਾਰ, ਜਿਹੜੀ ਤੇਰੀ ਸੀਮਾ ਹੈ, ਬੜੀ ਰਹਿਮ ਵਾਲੀ ਆ, ਉਧਾਰ ਚਿੱਤ ਵਾਲਾ ਹੈ, ਜਿਹੜਾ ਤੇਰਾ ਸੁਭਾਅ ਦਾ ਵਹਾਓ ਆ, ਕਦੀ ਗੁੱਸੇ 'ਚ ਨਹੀਂ ਆਇਆ। ਸੰਦੀਪ ਕਾਲ ਲਈ ਰਹਿਮ ਦਿਲ ਹੈ, ਉਧਾਰ ਚਿੱਤ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਜਲ ਥਲ ਅਮੰਡ, ਅਮੰਡ ਜਲ ਅਤੇ ਥਲ ਵਿੱਚ ਸ਼ੁਭਾਏਮਾਨ ਆ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਦਿਸ ਵਿਸ ਅਪੰਡ, ਦਿਸ ਵਿਸ ਅਪੰਡ, ਦਿਸ਼ਾਵਾਂ ਵਿੱਚ, ਵਿਸ਼ਾਵਾਂ ਵਿੱਚ ਤੂੰ ਹੈਗਾ ਹੈ,
ਮਗਰ ਅਪੰਡ ਹੈ ਅਪੰਡ ਹੈ। ਇੱਕ ਰਾਗੀ ਸਾਹਿਬ ਨੇ 35 ਸਾਲ ਦੂਹ ਨਿਵਾਰਨ ਸਾਹਿਬ ਆਸਾ ਦੀ ਵਾਰ ਕੀਤੀ ਪਟਿਆਲੇ, ਦਾਸ ਨੂੰ ਮਿਲਿਆ, ਦਾਸ ਨੇ ਉਹਨਾਂ ਨੂੰ ਪੁੱਛਿਆ ਜੀ ਇਹ ਦਿਸ ਵਿਸ ਅਪੰਡ ਦਾ ਕੀ ਅਰਥ ਆ, ਭੰਡ ਦਾ ਅਰਥ ਦੱਸੋ। ਮੈਂ ਕਿਹਾ ਪਹਿਲੋਂ ਭਾਈ ਸਾਹਿਬ ਬੜੇ ਚੰਗੇ ਗੁਰਮੁਖ ਬੰਦੇ ਸੀ, ਮੈਨੂੰ ਕਿਤੇ ਕਿਸੇ ਨੂੰ ਭੰਡਣਾ, ਕਿਸੇ ਦੀ ਭੰਡੀ ਕਰਨੀ। 35 ਸਾਲ ਜਿਸ ਬੰਦੇ ਨੇ ਰੋਜ਼ ਗਾਇਆ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹੋ ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਹੋ, ਉਹ ਭੰਡ ਭੰਡ ਸ਼ਬਦ 35 ਸਾਲ ਜਿਸ ਬੰਦੇ ਨੇ ਗਾਇਆ ਹੈ ਉਹਨੇ ਕਦੀ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਭੰਡ ਦਾ ਅਰਥ ਕੀ ਆ। ਭੰਡ ਦਾ ਅਰਥ ਆ ਔਰਤ, ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ, ਸਾਰੇ ਭੰਡ ਵਿੱਚੋਂ ਪੈਦਾ ਹੋਏ ਨੇ, ਔਰਤ ਵਿੱਚੋਂ ਪੈਦਾ ਹੋਏ ਆ, ਮਗਰ ਉਹ ਅਕਾਲ ਪੁਰਖ ਕਿਸੇ ਔਰਤ ਦੀ ਕੁੱਖੋਂ ਪੈਦਾ ਨਹੀਂ ਹੋਇਆ। ਅਭੰਡ ਭੰਡ ਤੋਂ ਰਹਿਤ, ਔਰਤ ਤੋਂ ਰਹਿਤ, ਦਿਸ਼ਾਵਾਂ ਵਿਸ਼ਾਵਾਂ ਵਿੱਚ ਤੂੰ ਹੈਗਾ ਹੈ ਮਗਰ ਇਹ ਨਹੀਂ ਕਹਿ ਸਕਦਾ ਤੂੰ ਕਿਸੇ ਔਰਤ ਦੇ ਕੁੱਖੋਂ ਪੈਦਾ ਹੋਇਆ। ਹੇ ਸਤਿਗੁਰੂ, ਦਿਸ਼ਾਵਾਂ ਅਤੇ ਵਿਛਾਵਾਂ ਦੇ ਵਿੱਚ ਰਹਿਣ ਵਾਲੇ ਮੇਰੇ ਸਤਿਗੁਰੂ ਗਰੀਬ ਨਿਵਾਜ, ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ, ਵਾਹਿਗੁਰੂ ਜੀ ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਜਲ ਥਲ ਮਹੰਤ, ਜਲ ਵਿੱਚ ਥਲ ਵਿੱਚ ਤੂੰ ਮਹੰਤ ਹੈ, ਸਾਰਿਆਂ ਦਾ ਸੁਆਮੀ ਹੈ, ਮੁਖੀ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਦਿਸ ਵਿਸ ਬੇਅੰਤ, ਦਿਸ਼ਾਵਾਂ ਵਿਛਾਵਾਂ ਵਿੱਚ ਸਾਰੇ ਥਾਂ 'ਤੇ ਬੇਅੰਤ ਹੈ, ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੇਰੇ ਪਾਰਾਵਾਰ ਨੂੰ ਕੋਈ ਪਾ ਨਹੀਂ ਸਕਦਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਨਭਵ ਅਨਾਸ, ਫਿਰ ਆਇਆ ਜਿਹੜਾ ਤੇਰਾ ਸੁਤੇ ਸਿੱਧ ਗਿਆਨ ਆ ਉਹ ਅਨਾਸ ਆ, ਜਿਹੜਾ ਜਿਹੜਾ ਤੇਰੇ ਨਾਲ ਜੁੜੂਗਾ, ਜਿਹੜਾ ਜਿਹੜਾ ਯੁੱਗ ਧਰਤੀ 'ਚ ਤੁਸੀਂ ਹੁਣ ਫੁੱਲ ਲਾਤੇ ਨੇ ਅਤੇ ਧਰਤੀ ਵਿੱਚ ਸਾਰੀ ਪਾਵਰ ਛੁਪੀ ਪਈ ਹੈ, ਮਗਰ ਜਿਹੜਾ ਬੂਟਾ ਜੁੜਿਆ ਉਹਨੂੰ ਉਹਨੇ ਉਹ ਪਾਵਰ ਦੇ ਦਿੱਤੀ। ਅੰਬ ਵੀ ਉਹਦੇ ਵਿੱਚੋਂ ਨਿਕਲੇ ਜਿਹੜਾ ਧਰਤੀ ਨਾਲ ਜੁੜਿਆ, ਖੁਸ਼ਬੂ ਵੀ ਉਸ ਬੂਟੇ 'ਚੋਂ ਨਿਕਲੀ ਜਿਹੜਾ ਧਰਤੀ ਨਾਲ ਜੁੜਿਆ। ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਬੂਟਾ ਖੁਸ਼ਬੂ ਉਦੋਂ ਦਿੰਦਾ ਜਦੋਂ ਧਰਤੀ ਨਾਲ ਜੁੜਦਾ ਹੈ, ਗੁਰਸਿੱਖ ਦੀ ਜ਼ਿੰਦਗੀ 'ਚ ਵੀ ਖੁਸ਼ਬੂ ਆਉਂਦੀ ਆ ਜਦੋਂ ਰੱਬ ਨਾਲ ਜੁੜਦਾ ਹੈ। ਰੱਬ ਨਾਲ ਜੁੜਨ ਤੋਂ ਬਿਨਾਂ ਹੀ ਲੋਕ ਖੁਸ਼ਬੂ ਚੁੱਕੀ ਫਿਰਦੇ, ਲੋਕ ਪੰਡਾਂ ਚੁੱਕੀ ਫਿਰਦੇ ਨੇ, ਮੇਰੇ ਕੋਲ ਵੀ ਖੁਸ਼ਬੂ ਹੈਗੀ, ਮੇਰੇ ਕੋਲ ਵੀ ਖੁਸ਼ਬੂ। ਭਾਈ ਜਿੰਨਾ ਚਿਰ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਨਹੀਂ ਜੋੜੋਗੇ, ਪਖੰਡ ਕਰ ਸਕਦੇ ਹੋ, ਅੰਨਿਆਂ ਲੋਕਾਂ ਨੂੰ ਕਹਿ ਸਕਦੇ ਹੋ ਵੀ ਵੇਖੋ ਮੇਰੇ ਕੋਲ ਖੁਸ਼ਬੂ ਹੋ ਗਈ, ਅਤੇ ਉਹ ਵੀ ਅੰਨੇ ਵਿਚਾਰੇ ਕਹਿ ਹੀ ਸਕਦੇ ਨੇ ਹਾਂ ਸਾਡੇ ਮਹਾਂਪੁਰਸ਼ਾਂ ਕੋਲ ਤਾਂ ਬੜੀ ਖੁਸ਼ਬੂ ਆ। ਖੁਸ਼ਬੂ ਦਾ ਪਤਾ ਲੱਗਦਾ ਹੈ ਜਿੱਦਣ ਬੰਦਾ ਜੁੜਿਆ ਹੋਵੇ ਅਤੇ ਕਿਸੇ ਨੂੰ ਦੱਸਣਾ ਨਹੀਂ ਪੈਂਦਾ, ਭੌਰੇ ਨੂੰ ਦੱਸਣਾ ਨਹੀਂ ਪੈਂਦਾ ਵੀ ਇੱਥੇ ਫੁੱਲ ਖਿੜਿਆ, ਭੌਰਾ ਆਪੇ ਹੀ ਆ ਜਾਂਦਾ, ਸ਼ਹਿਦ ਦੀ ਮੱਖੀ ਆਪੇ ਹੀ ਆ ਜਾਂਦੀ ਜਿੱਥੇ ਉਹਨੂੰ ਰਸ ਮਿਲੇ, ਜਿੱਥੋਂ ਉਹਨੇ ਪੀ ਕੇ ਜਾ ਕੇ ਸ਼ਹਿਦ ਬਣਾਉਣਾ ਹੈ ਉੱਥੇ ਆਪੇ ਹੀ ਆ ਜਾਂਦੀ ਜਿੱਥੇ ਉਹਨੂੰ ਪਤਾ ਮੇਰੇ ਮਤਲਬ ਦੀ ਚੀਜ਼ ਆ। ਹੁਣ ਉਹ ਤਾਂ ਲੋਕ ਹੈ ਨਹੀਂ, ਨਾ ਤਾਂ ਕੋਈ ਜੁੜਿਆ ਸਾਧੂ ਆ, ਇਹ ਨਾ ਕਹਿਣਾ ਸੁਣਨ ਵਾਲਾ ਕਵੇ ਵੀ ਨਾ ਕਿਉਂ ਨਹੀਂ, ਨਸਲ ਹੁੰਦੀ ਤਾਂ ਪ੍ਰਗਟ ਹੁੰਦੀ, ਨਸਲ ਹੁੰਦੀ ਨਾ ਇਸ ਵੇਲੇ ਸਾਧੂ ਦੀ ਕਿਤੇ, ਨਾ ਹਿੰਦੂਆਂ 'ਚ ਕੋਈ ਸੰਤ ਆ, ਦੋ ਚਾਰ ਬੋਲੇ ਨੇ ਉਹਨਾਂ ਨੇ ਬੋਲਿਆ ਮੁਖਾਤਬ ਹੋ ਕੇ ਪ੍ਰਧਾਨ ਮੰਤਰੀ ਨੂੰ, ਦੋ ਜਾਂ ਤਿੰਨ ਬੋਲੇ ਨੇ ਜਿਨ੍ਹਾਂ ਦੀ ਆਤਮਾ ਕਿਤੇ ਸੱਚੀ ਹੋਊਗੀ। ਇੱਧਰ ਸਾਡੇ ਵਾਲਿਆਂ ਦਾ ਤਾਂ ਕੰਮ ਹੀ ਸੱਤ ਆ, ਇਹਨਾਂ 'ਚ ਤਾਂ ਕੋਈ ਨਹੀਂ ਬੋਲਿਆ, ਜਿਹੜੀ ਸੰਤਾਂ ਸਿਪਾਹੀਆਂ ਦੀ ਕੌਮ ਸੀ ਇਹਨਾਂ ਦੇ ਵਿੱਚੋਂ ਤਾਂ ਕੋਈ ਨਹੀਂ ਬੋਲਿਆ, ਕੋਈ ਸੰਤ ਨਹੀਂ ਬੋਲਿਆ, ਕਿੰਨੇ ਰਫਲਾਂ ਚੁੱਕੀ ਫਿਰਦੇ ਨੇ, ਕਿੰਨੇ ਵੱਡੇ ਵੱਡੇ ਡੇਰੇ ਬਣਾ ਕੇ 50-50 ਚੇਲੇ ਨਾਲ ਚੁੱਕੀ ਫਿਰਦੇ, ਕਿੰਨੇ ਬਾਣਿਆਂ ਵਾਲੇ ਰਫਲਾਂ ਚੁੱਕੀ ਫਿਰਦੇ ਨੇ, ਕੋਈ ਨਹੀਂ ਬੋਲਿਆ, ਕਿਉਂਕਿ ਖੁਸ਼ਬੂ ਹੁੰਦੀ ਤਾਂ ਬੋਲਦੇ, ਖੁਸ਼ਬੂ ਹੈ ਨਹੀਂ, ਖਤਮ ਹੋ ਗਈ, ਬਨੋਟੀ ਫੁੱਲ ਬਣ ਕੇ ਪਰੋਸੇ ਗਏ ਨੇ,
ਆ ਇੱਥੇ ਵੇਖੋ ਜੀ ਕਿੰਨੇ ਬੈਠੇ ਆ ਜੀ, ਇੱਥੇ ਕਿੰਨੇ ਬੈਠੇ ਜੀ, ਇਹ ਸੰਪਰਦਾਵਾਂ ਨੇ, ਜਥੇਬੰਦੀਆਂ ਨੇ, ਖੁਸ਼ਬੋ ਹੁੰਦੀ ਤਾਂ ਜ਼ਰੂਰ ਭੌਰੇ ਭੱਜ ਭੱਜ ਕੇ ਆਉਂਦੇ। ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜਾ ਤੇਰਾ ਅਨੁਭਵੀ ਗਿਆਨ ਹੈ ਉਹ ਨਾਸ ਨਹੀਂ ਹੁੰਦਾ। ਅੱਜ ਜੇ ਸਾਡਿਆਂ ਬੰਦਿਆਂ ਕੋਲੋਂ ਗਿਆਨ ਨਾਸ ਹੋ ਰਿਹਾ, ਗਿਆਨਹੀਣ ਹੋ ਰਹੇ ਅਸੀਂ ਲੋਕ, ਗਿਆਨ ਕਿੱਥੇ ਰਹਿ ਗਿਆ? ਗਿਆਨ ਤੋਂ ਗਿਆਨਹੀਣ ਅਗਿਆਨ ਪੂਜਾ, ਗਿਆਨ ਤੋਂ ਹੀਣੇ ਬੰਦੇ ਦੀ ਇੱਕ ਨਿਸ਼ਾਨੀ ਹੈ ਜਿਹੜੀ ਪੂਜਾ ਕਰੂਗਾ ਅਗਿਆਨਤਾ ਵਾਲੀ ਕਰੂਗਾ। ਅਤੇ ਸਾਡੇ ਕੀ ਨਹੀਂ ਹੋ ਰਿਹਾ ਹੁਣ? ਸਭ ਕੁਛ ਹੀ ਹੋ ਰਿਹਾ, ਟੱਲੀਆਂ ਖੜਕ ਰਹੀਆਂ, ਜੋਤਾਂ ਜਗ ਰਹੀਆਂ, ਉਹੋ ਹੀ ਕੁਝ ਹੋ ਰਿਹਾ, ਟਿੱਕੇ ਲੱਗ ਰਹੇ, ਮਾਲਾ ਗਲਾਂ 'ਚ ਪੈ ਰਹੀ, ਸਭ ਕੁਝ ਹੀ ਉਹ ਕੁਝ ਹੋ ਰਿਹਾ ਜੋ ਅਗਿਆਨ ਵਾਲੀ ਪੂਜਾ ਹੈ। ਅਤੇ ਸਾਹਿਬ ਜੀ ਪਾਤਸ਼ਾਹ ਕਹਿੰਦੇ ਜਿਹੜਾ ਤੇਰੇ ਅੰਦਰੋਂ ਸੁਤੇ ਸਿੱਧ ਅਕਾਲ ਪੁਰਖ ਤੇਰਾ ਗਿਆਨ ਹੈ ਨਾ, ਉਹ ਅਨਾਸ ਗਿਆਨ ਆ। ਤੇਰੇ ਚਰਨਾਂ 'ਚ ਮੇਰੀ ਨਮਸਕਾਰ, ਤ੍ਰਿਤ ਧਰ ਤੁਰਾਸ, ਸਾਰਿਆਂ ਨੂੰ ਧੀਰਜ ਦੇਣ ਵਾਲਾ ਧੁਰਾਂ ਤੂੰ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਤੂੰ ਉਹ ਪਾਵਰ ਹੈ ਜਿਹਦੇ ਜਿਹਦੇ ਵਿੱਚ ਤੇਰਾ ਕਿੱਲਾ ਗੱਡਿਆ ਜਾਂਦਾ ਹੈ ਉਹਦੀਆਂ ਸਾਰੀਆਂ ਚਿੰਤਾ ਨਾਸ ਹੋ ਜਾਂਦੀਆਂ। ਧੁਰ ਕੀ ਬਾਣੀ ਆਈ, ਇੱਥੇ ਵੀ ਤ੍ਰਿਤ ਅਤੇ ਧਾਰਿਆ ਧੁਰ, ਧੁਰਾਂ ਹੈ ਤੂੰ ਸਾਰੇ ਸੰਸਾਰ ਦਾ, ਜਿਹੜਾ ਜਿਹੜਾ ਤੇਰੇ ਨਾਲ ਜੁੜ ਜਾਂਦਾ ਹੈ ਅਤੇ ਉਹਨੂੰ ਤਰਾਸ ਦੇਣਾ ਹੈ, ਤੂੰ ਉਹਨੂੰ ਹੌਸਲਾ ਦੇਣਾ ਹੈ, ਸਾਰੀਆਂ ਚਿੰਤਾ ਉਹਦੀਆਂ ਦੂਰ ਕਰ ਦੇਣਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਆ ਜਾਨ ਬਾਹੋ, ਆ ਜਾਨ ਬਾਹੋ, ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲੇ ਵਾਹਿਗੁਰੂ ਪਰਮੇਸ਼ੁਰ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਇੱਕ ਹੈ ਸਦਾ ਹੋ, ਸੰਦੀਪ ਕਾਲ ਲਈ ਤੈਨੂੰ ਲੋਕ ਇੱਕ ਹੀ ਕਹਿੰਦੇ ਨੇ, ਤੇਰੀ 33,000 'ਚ ਗਿਣਤੀ ਨਹੀਂ, ਤੇਰੀ ਕਿਤੇ 72 'ਚ ਗਿਣਤੀ ਨਹੀਂ, ਤੇਰੀ ਇੰਨੇ ਪਕੰਬਰਾਂ ਪੀਰਾਂ ਦੇ ਵਿੱਚ ਔਲੀਆਂ ਦੇ ਵਿੱਚ ਗਿਣਤੀ ਨਹੀਂ, ਤੂੰ ਇੱਕ ਹੈ। ਉਹ ਸਾਰੇ ਤੈਨੂੰ ਤਾਂ ਆਉਂਦੇ ਨੇ ਮਗਰ ਤੂੰ ਇੱਕ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਓਅੰਕਾਰ ਆਦਿ, ਜਿਹੜਾ ਤੇਰਾ ਸਰੂਪ ਆ ਮੁੱਢ ਤੋਂ, ਮੁੱਢ ਕਦੂਮ ਤੋਂ ਰਹਿਣ ਵਾਲੇ ਵਾਹਿਗੁਰੂ ਪਰਮੇਸ਼ੁਰ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਆ। ਕਥਨੀ ਅਨਾਦ, ਜਿਹੜਾ ਤੇਰਾ ਵਰਣਨ ਕਰਨਾ ਹੈ ਕਥਨ ਤੋਂ ਪਰੇ ਆ, ਜਿਹੜਾ ਤੇਰਾ ਵਰਣਨ ਕਰਨਾ, ਕੌਣ ਕਹੂਗਾ ਵੀ ਕਿੰਨੀ ਤਰੀਕ ਨੂੰ ਰੱਬ ਪੈਦਾ ਹੋਇਆ ਸੀ? ਉਹ ਓਅੰਕਾਰ ਜਿਹੜਾ ਰੱਬ ਹੈ ਉਹ ਕਿੰਨੀ ਸੰਨ ਵਿੱਚ ਪੈਦਾ ਹੋਇਆ ਅਤੇ ਕਿੰਨੀ ਨੂੰ ਮਰਿਆ, ਜਿਹਦੇ ਬਾਰੇ ਕੁਛ ਪਤਾ ਹੀ ਨਹੀਂ, ਫਿਰ ਉਹ ਕਥਨੀ ਅਨਾਦ ਆ। ਆਦ ਤੋਂ ਹੀ ਤੇਰਾ ਵਰਣਨ ਕਰਨਾ ਜਿਹੜਾ ਉਹ ਬਹੁਤ ਔਖਾ ਹੈ, ਕਥਨ ਤੋਂ ਪਰੇ ਆ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਆ। ਖਲ ਖੰਡ ਖਿਆਲ, ਕਿਸੇ ਬੰਦੇ ਦੇ ਫੁਰਨੇ ਮਾੜੇ ਹੋਣ, ਖਲ ਮਣੇ ਮੂਰਖ, ਮੂਰਖਾਂ ਵਾਲੇ ਫੁਰਨੇ ਆਉਂਦੇ ਹੋਣ ਕਿਸੇ ਨੂੰ, ਉਹ ਵੀ ਮਰ ਜਾਏ, ਉਹ ਵੀ ਮਰ ਜਾਏ, ਇਹਦਾ ਕੱਖ ਨਾ ਰਹੇ, ਉਹਦਾ ਕੱਖ ਨਾ ਰਹੇ, ਜਾਂ ਗੰਦੇ ਗੰਦੇ ਫੁਰਨੇ ਆਉਂਦੇ ਹੋਣ, ਵਾਹਿਗੁਰੂ ਜਿੱਥੇ ਤੂੰ ਪ੍ਰਵੇਸ਼ ਕਰਦਾ ਹੈ ਨਾ, ਇੱਕ ਵਾਰ ਵਾਹਿਗੁਰੂ ਕਹਿਣ ਨਾਲ ਸਾਰੇ ਫੁਰਨੇ ਖਤਮ ਹੋ ਜਾਂਦੇ ਹੈ। ਖਲ ਖੰਡ ਖਿਆਲ, ਜਿਹੜੇ ਖਿਆਲ ਮਾੜੇ ਨੇ ਉਹਨਾਂ ਨਾਲ ਤੂੰ ਖੰਡਨ ਕਰ ਦਿੰਦਾ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ। ਗੁਰਬਰ ਅਕਾਲ, ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ਹੈ, ਗੁਰਬਰ ਅਕਾਲ ਸਭ ਤੋਂ ਵੱਡਾ ਹੈ ਅਤੇ ਕਾਲ ਤੋਂ ਪਰੇ ਹਾਂ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਘਰ ਘਰ ਪ੍ਰਣਾਮ, ਹਰ ਜਿੰਦ ਵਿੱਚ ਤੈਨੂੰ ਪ੍ਰਣਾਮਾਂ ਹੋ ਰਹੀਆਂ, ਹਰ ਸਾਧੂ ਤੈਨੂੰ ਪ੍ਰਣਾਮ ਕਰ ਰਿਹਾ, ਹਰ ਚਿੜੀ ਤੋਂ ਲੈ ਕੇ ਹਾਥੀ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਹਰ ਪੰਛੀ ਬੋਲ ਰਿਹਾ ਅਤੇ ਤੂੰ 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 ਕਰਕੇ ਤੈਨੂੰ ਹੀ ਜਪ ਰਿਹਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਚਿੱਤ ਚਰਨ ਨਾਮ, ਸਾਰੇ ਤੇਰੇ ਚਰਨਾਂ ਦਾ ਧਿਆਨ ਧਰਦੇ ਨੇ, ਚਿੱਤ ਚਰਨ
ਤੇਰੇ ਚਰਨਾਂ 'ਚ ਚਿੱਤ ਜੋੜ ਦੇ ਅਤੇ ਤੇਰਾ ਨਾਮ ਜਪ ਦੇ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਨਸ਼ਿਜ ਗਾਤ, ਜਿਹੜਾ ਤੇਰਾ ਸਰੀਰ ਹੈ ਗਰੀਬ ਨਿਵਾਜ, ਉਹ ਕਦੀ ਨਾਸ ਹੋਣ ਵਾਲਾ ਨਹੀਂ, ਛਿੱਜਣ ਵਾਲਾ ਨਹੀਂ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਆਜ਼ਿਜ਼ਨਾ ਬਾਤ, ਆਜ਼ਿਜ਼ਨਾ ਬਾਤ, ਆਜ਼ਿਜ਼ ਹੁੰਦਾ ਗਰੀਬ, ਤੂੰ ਕਿਸੇ ਗੱਲੋਂ ਗਰੀਬ ਨਹੀਂ, ਵੈਸੇ ਤੂੰ ਰੰਕਾਨ ਰੰਕਵੀਂ ਹੈ, ਰਾਜਾਨ ਰਾਜ ਰੰਕਾਨ ਰੰਕ ਵੀ ਤੈਨੂੰ ਬੋਲਿਆ, ਗਰੀਬਾਂ ਤੋਂ ਵੀ ਤੂੰ ਗਰੀਬ ਹੈ, ਮਗਰ ਉਹ ਤੇਰਾ ਇਹ ਨਹੀਂ ਵੀ ਤੂੰ ਗਰੀਬ ਹੈ, ਇਹ ਤੇਰੀ ਨਿਮਰਤਾ ਹੈ। ਉਹ ਵੀ ਤੇਰੀ ਨਿਮਰਤਾ ਵੇਖਣੀ ਹੋਵੇ ਤਾਂ ਵੀ ਤੇਰੇ ਜਿੰਨੀ ਨਿਮਰਤਾ ਕਿਸੇ 'ਚ ਨਹੀਂ, ਜੇ ਤੇਰਾ ਵੀਰ ਰਸ ਵੇਖਣਾ ਹੋਵੇ ਤਾਂ ਤੇਰੇ ਜਿੰਨਾ ਵੀਰ ਰਸ ਵੀ ਕਿਸੇ 'ਚ ਨਹੀਂ। ਇੱਥੇ ਕਹਿੰਦੇ ਤੂੰ ਕਿਸੇ ਗੱਲੋਂ ਅਸਮਰਥ ਨਹੀਂ, ਰੱਬ ਨੂੰ ਤੁਸੀਂ ਗੱਲ ਕਹੋ, ਇੱਥੇ ਕਿਸੇ ਬਹੁਤ ਬਹੁਤ ਵੱਡੇ ਅਫਸਰ ਨੂੰ ਕਹੋ ਵੀ ਭਾਅ ਜੀ ਆ ਮੇਰਾ ਕੰਮ ਪੈ ਗਿਆ, ਜੇ ਉਹਦਾ ਹੱਥ ਨਾ ਪਵੇ ਤਾਂ ਕਹਿੰਦਾ ਭਾਅ ਜੀ ਮੈਂ ਅਸਮਰਥ ਹਾਂ, ਇਹ ਗੱਲ ਮੇਰੇ ਕੋਲ ਹੋਣੀ ਨਹੀਂ। ਮਗਰ ਕੋਈ ਕੰਮ ਨਹੀਂ ਜਿਹੜਾ ਗੁਰੂ ਨੂੰ ਕਿਸੇ ਨੇ ਕਿਹਾ ਹੋਵੇ ਅਤੇ ਉਹਨੇ ਅੱਗੋਂ ਕਿਹਾ ਹੋਵੇ ਮੈਂ ਅਸਮਰਥ ਹਾਂ। ਆਜ਼ਿਜ਼ ਨਾ ਬਾਤ, ਤੂੰ ਕਿਸੇ ਗੱਲੋਂ ਆਜ਼ੀਜ਼ੀ ਨਹੀਂ, ਆਜ਼ੀ ਨਹੀਂ, ਮੁਥਾਜ ਨਹੀਂ ਕਿਸੇ ਦਾ ਤੂੰ, ਜਿਹਨੂੰ ਤੂੰ ਕਰਨ 'ਤੇ ਆਵੇਂ। ਗਰੀਬ ਨਿਵਾਜ, ਗਰੀਬ ਨਿਵਾਜ ਪਾਤਸ਼ਾਹ, ਤੂੰ ਉਹਦੇ ਸਾਰੇ ਕੰਮ ਸਵਾਰ ਦਿੰਦਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਨਝੰਜ ਗਾਤ, ਅਨਝੰਜ ਗਾਤ, ਤੇਰੀ ਜ਼ਿੰਦਗੀ 'ਚ ਕੋਈ ਝਗੜਾ ਵੀ ਨਹੀਂ, ਤੇਰੀ ਜ਼ਿੰਦਗੀ 'ਚ ਝੰਜ ਵਣੇ ਝਗੜਾ, ਅਤੇ ਰੱਬ ਦੀ ਗੱਲ ਦਾ ਕਦੀ ਝਗੜਾ ਨਹੀਂ ਪੈਂਦਾ। ਆ ਜਿੰਨੇ ਝਗੜੇ ਪਾਏ ਆ ਨਾ ਸਰਦਾਰਾਂ ਨੇ, ਇੱਕ ਕਹਿੰਦਾ ਰਾਗਮਾਲਾ ਪੜ੍ਹਨੀ ਚਾਹੀਦੀ, ਇੱਕ ਕਹਿੰਦਾ ਨਹੀਂ ਪੜ੍ਹਨੀ ਚਾਹੀਦੀ, ਝਗੜਾ ਪੈ ਗਿਆ। ਇੱਥੋਂ ਪਤਾ ਲੱਗਾ ਵੀ ਰੱਬ ਦੀ ਗੱਲ ਨਹੀਂ ਗੀ ਹੈ। ਇੱਕ ਕਹਿੰਦਾ ਮੀਟ ਖਾਣਾ ਚਾਹੀਦਾ, ਦੂਸਰਾ ਕਹਿੰਦਾ ਨਹੀਂ ਖਾਣਾ ਚਾਹੀਦਾ, ਝਗੜਾ ਪੈ ਗਿਆ। ਇੱਥੋਂ ਪਤਾ ਲੱਗਾ ਵੀ ਇਹ ਰੱਬ ਦੀ ਗੱਲ ਨਹੀਂ। ਜਦੋਂ ਮੇਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਬਗਦਾਦ ਵਿੱਚ ਗਿਆ ਹੈ ਅਤੇ ਕਾਜੀ ਮੁੱਲਾਂ ਇਕੱਠੇ ਹੋ ਕੇ ਆ ਗਏ ਅਤੇ ਸਿਆਣਿਆਂ ਕਾਜੀਆਂ ਨੇ ਵੇਖ ਲਿਆ ਵੀ ਇਹ ਰੱਬ ਦਾ ਰੂਪ ਆ, ਇਹਦੇ ਕੋਲ ਇੱਕ ਮਸਲਾ ਹੱਲ ਕਰਾ ਲਓ। ਉਹ ਕਹਿੰਦੇ ਜੀ ਸਾਡਾ ਬੜਾ ਝਗੜਾ ਹਿੰਦੂ ਨਾਲ ਕਈਆਂ ਸਦੀਆਂ ਤੋਂ ਚੱਲ ਰਿਹਾ ਹੈ। ਉਹ ਕਹਿੰਦੇ ਗਾਂ ਮਾਰਨੀ ਪਾ ਪਿਆ, ਅਸੀਂ ਕਹਿੰਦੇ ਸੂਰ ਮਾਰਨਾ ਪਾ ਪਿਆ, ਅਤੇ ਫੈਸਲਾ ਕਿਹਦੇ ਹੱਕ ਵਿੱਚ ਆ? ਤੁਹਾਨੂੰ ਅਸੀਂ ਰੱਬ ਦਾ ਰੂਪ ਮੰਨਦੇ, ਤੁਸੀਂ ਫੈਸਲਾ ਦੇ ਕੇ ਜਾਓ, ਸਾਹਿਬ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ। ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੀਰ ਜੀ, ਇੱਕ ਨੇ ਮਾਰਤਾ ਸੂਰ ਨੂੰ ਅਤੇ ਇੱਕ ਨੇ ਮਾਰਤੀ ਗਾਂ, ਇੱਕ ਨੇ ਮਾਰਤਾ ਸੂਰ ਨੂੰ, ਇੱਕ ਨੇ ਮਾਰਤੀ ਗਾਂ, ਦੋਨਾਂ ਕੋਲੋਂ ਹੋ ਗਈ ਹੱਤਿਆ, ਅਤੇ ਕਰੂੰਗਾ ਕੌਣ ਨਿਆਂ? ਦੋਵੇਂ ਹਥਿਆਰੇ, ਨਿਆਂ ਕੌਣ ਕਰੇ? ਨਿਆਂ ਤਾਂ ਉਹ ਕਰੂੰ ਨਾ ਜਿਹੜਾ ਵਿੱਚ ਦੋਸ਼ੀ ਨਹੀਂ, ਅਤੇ ਦੋਸ਼ੀ ਤਾਂ ਤੁਸੀਂ ਦੋਵੇਂ ਜੇ, ਅੱਜ ਤੱਕ ਝਗੜਾ ਤੁਹਾਡਾ ਤਾਂ ਨਹੀਂ ਮੁੱਕਾ। ਵੀ ਦੋਸ਼ੀ ਥੋੜ੍ਹਾ, ਦੋਵੇਂ ਧਿਰਾਂ ਹੋਣ ਅਤੇ ਦੋਵੇਂ ਧਿਰਾਂ ਥੋੜ੍ਹੀ, ਤੀਸਰਾ ਜੱਜ ਫੈਸਲਾ ਦਿੰਦਾ ਹੈ, ਅਤੇ ਜੱਜ ਹੈ ਨਹੀਂ ਤੁਹਾਡੇ ਕੋਲ, ਸੱਚ ਸੱਚ ਉਹਦੇ ਕੋਲ ਵੀ, ਸੱਚ ਉਹਦੇ ਕੋਲ ਵੀ ਹੈ ਨਹੀਂ, ਝਗੜਾ ਕਿਸ ਤਰ੍ਹਾਂ ਮੁੱਕੇ? ਮੇਰੇ ਸਾਹਿਬ ਜੀ ਅੱਜ ਕਹਿੰਦੇ ਆ ਵੀ ਹੇ ਅਕਾਲ ਪੁਰਖ, ਜਿਹੜੀ ਤੇਰੀ ਗੱਲ ਹੋਊਗੀ ਨਾ, ਸਮਝ ਲਓ ਵਧਾਊਗਾ, ਸਮਝ ਲਓ ਰੱਬ ਦੀ ਗੱਲ ਚੱਲ ਗਈ। ਉੱਥੇ ਜੇ ਦੋ ਭਰਾ ਲੜੇ ਨੇ, ਕੋਈ ਥਰਡ ਪਰਸਨ ਆ ਗਿਆ ਜਿਹੜਾ ਰੱਬ ਦੇ ਖੌਫ ਵਾਲਾ ਬੰਦਾ ਹੈ, ਉਹ ਝਗੜਾ ਨਿਬੇੜ ਜੂ, ਕਿਉਂਕਿ ਉਹਦੇ ਵਿੱਚ ਰੱਬ ਦੀ ਮੱਤ ਆ। ਆ ਬਹੁਤ ਸਾਰੇ ਕੇਸ ਨੇ ਜਿਹੜੇ ਡਿਵੋਰਸ ਦੇ ਕੇਸ ਆ, ਡਿਵੋਰਸ ਦੇ ਸਿਰੇ 'ਤੇ ਆਏ, ਮਗਰ ਉਹ ਦੋਵੇਂ ਪਰਿਵਾਰ ਕਿਸੇ ਐਸੇ ਬੰਦੇ ਨੂੰ ਲੈ ਆਉਂਦੇ ਜਿਹਦੇ ਦਿਮਾਗ 'ਚ ਸ਼ਰਾਰਤ ਆ। ਦੋਨਾਂ ਪਰਿਵਾਰਾਂ ਨੇ ਰਲ ਕੇ ਬਹਿਣਾ ਸੀ, ਮਗਰ ਉਹਨੇ ਇੱਕ ਪਾਸੇ ਦਾ ਪੱਖ ਪੂਰ ਕੇ ਅਤੇ ਉਹ ਸਦਾ ਲਈ ਪਾੜੇ ਪਾ ਦਿੱਤੇ। ਇੱਕ ਬੰਦਾ ਆਉਂਦਾ ਕਰਤਾ ਪੁਰਖ ਦਾ ਅਪਾਸ਼ਕ, ਉਹ ਕਹਿੰਦਾ ਨਾ ਮੇਰੀ ਵੀ ਧੀ ਘਰ 'ਚ ਹੈਗੀ,
ਉਹ ਇਹੋ ਜਿਹੇ ਗੱਲਾਂ ਕਰਦਾ, ਇਹੋ ਜਿਹੀਆਂ ਗੱਲਾਂ ਕਰਦਾ, ਦੋਵਾਂ ਪਰਿਵਾਰਾਂ ਦੀਆਂ ਜੱਫੀਆਂ ਪਵਾ ਕੇ ਉਹਨਾਂ ਨੂੰ ਦੋਵਾਂ ਨੂੰ ਰਾਜ਼ੀ ਕਰਕੇ ਘਰ ਨੂੰ ਭੇਜ ਦਿੰਦਾ, ਕਿਉਂਕਿ ਉਹਦੀ ਸੁਰਤ 'ਚ ਝਗੜਾ ਨਹੀਂ, ਰੱਬ ਨੂੰ ਮੰਨਣ ਵਾਲੇ ਦੀ ਸੁਰਤ 'ਚ ਝਗੜਾ ਨਹੀਂ ਹੈਗਾ। ਅਤੇ ਜਿਹਦੇ ਝਗੜਾ ਸੀ, ਝਗੜ ਕੀਏ ਝਗੜੋ ਹੀ ਪਾਵਾ, ਗੁਰਬਾਣੀ 'ਚ ਲਿਖਿਆ ਝਗੜ ਕੀਏ ਝਗੜੋ ਹੀ। ਜੇ ਤੁਹਾਡੀ ਸੁਰਤ 'ਚ ਝਗੜੇ ਆ ਤਾਂ ਤੁਸੀਂ ਝਗੜੇ ਹੀ ਪਾਓਗੇ। ਅਤੇ ਜੇ ਅੱਜ ਸਾਡੀ ਕੌਮ ਦੇ ਵਿੱਚ ਆਪਸ ਵਿੱਚ ਹੀ ਗਾਲਾਂ ਨਿਕਲ ਰਹੀਆਂ ਨੇ, ਉੱਧਰੋਂ ਉਹਨਾਂ ਦੇ ਚੇਲੇ ਕੱਢਣ ਡਏ, ਉੱਧਰੋਂ ਇਹਨਾਂ ਦੇ ਚੇਲੇ ਕੱਢਣ ਡਏ, ਇੱਕ ਨਵੀਂ ਵਿਪਤਾ ਖੜੀ ਕਰਤੀ ਕੌਮ ਦੇ ਵਿੱਚ। ਸਮਝ ਲਓ ਦੋਵਾਂ ਦੇ ਦਿਮਾਗ ਵਿੱਚ ਕਿਤੇ ਝਗੜੇ ਆ। ਝਗੜ ਕੀਏ ਝਗੜੋ ਹੀ ਪਾਵਾਂ। ਜਿਹੜਾ ਬੰਦਾ ਚੱਖ ਚੱਖ ਕਰਦਾ ਹੈ, ਚੱਖ ਚੱਖ ਬੋਲਦਾ ਹੈ, ਉਹਦੀ ਗੱਲ ਦੇ ਵਿੱਚੋਂ ਝਗੜੇ ਪੈਦਾ ਹੋਣੇ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਗਰੀਬ ਨਿਵਾਜ, ਜਿਹੜੀ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਦਾ ਤੇਰਾ ਪਾਵਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਿੱਚ ਕੋਈ ਝਗੜਾ ਨਹੀਂ। ਹਮਰਾ ਝਗੜਾ ਰਹਾ ਨਾ ਕਹੂ, ਦੋਵੇਂ ਗੱਲਾਂ ਮੁਕਾਤੀਆਂ, ਕੋਈ ਝਗੜਾ ਨਹੀਂ। ਪੰਡਿਤ ਮੁੱਲਾਂ ਛਾਡੇ ਦਿਉ, ਇਹਨਾਂ ਦੋਵਾਂ ਦਾ ਝਗੜਾ ਪਈ ਮੈਂ ਵੱਖਰਾ ਹੋ ਜਾਂਦਾ। ਨਾਮਦੇਵ ਦੀ ਜ਼ਿੰਦਗੀ 'ਚ ਕੋਈ ਝਗੜਾ ਨਹੀਂ ਰਿਹਾ, ਕਬੀਰ ਦੀ ਜ਼ਿੰਦਗੀ 'ਚ ਕੋਈ ਝਗੜਾ ਨਹੀਂ, ਰਵਿਦਾਸ ਦੀ ਜ਼ਿੰਦਗੀ 'ਚ ਕੋਈ ਝਗੜਾ ਨਹੀਂ, ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ 'ਚ ਕੋਈ ਝਗੜਾ ਨਹੀਂ। ਮਗਰ ਇਹ ਖਹਿ ਮਰਦੇ ਬਾਹਮਣ ਮੌਲਾਣੇ, ਆਦਿ ਕਾਲ ਤੋਂ ਬਾਹਮਣ ਅਤੇ ਮੁੱਲਾਂ ਖਹਿ ਖਹਿ ਕੇ ਮਰਦੇ ਰਹੇ ਅਤੇ ਅੱਜ ਤੱਕ ਮਰਦੇ ਨੇ। ਆ ਹੁਣ ਕੀ ਡਰਾਮਾ ਵੇਖਿਆ, 21ਵੀਂ ਸਦੀ ਪੜ੍ਹੇ ਲਿਖੇ ਲੋਕ, ਇਹਨਾਂ ਨੂੰ ਰੱਬ ਨੇ ਫੋਨ ਹੱਥਾਂ 'ਚ ਫੜਾ ਦਿੱਤੇ, ਇਹਨਾਂ ਨੂੰ ਆ ਸੋਸ਼ਲ ਮੀਡੀਆ ਫੜਾ ਦਿੱਤਾ, ਇਹਨਾਂ ਨੇ ਕੀ ਕੰਮ ਕੀਤਾ। ਚਾਹੀਦਾ ਸੀ ਹਰ ਸੋਸ਼ਲ ਮੀਡੀਆ ਦੀ ਸਾਈਡ 'ਤੇ ਲਿਖਿਆ ਹੁੰਦਾ, ਲੋਕੋ ਸ਼ਰਮ ਕਰੋ, ਰੱਬ ਦੇ ਹੀ ਬੰਦੇ ਹੋ, ਆਪਸ ਵਿੱਚ ਕਿਉਂ ਲੜਦੇ ਹੋ, ਇੱਕ ਦੂਸਰੇ ਨੂੰ ਟਾਰਗੇਟ ਕਿਉਂ ਬਣਾਉਂਦੇ ਹੋ। ਮਗਰ ਇਹਨਾਂ ਦੀ ਸੁਰਤ ਵਿੱਚ ਝਗੜੇ ਸੀ, ਇਹਨਾਂ ਸੋਸ਼ਲ ਮੀਡੀਆ ਦੇ ਰਾਹੀਂ ਵਿੱਚ ਝਗੜੇ ਹੀ ਖੜੇ ਕੀਤੇ। ਮੇਰਾ ਗੁਰੂ ਕਹਿੰਦਾ, ਹੇ ਮੇਰੇ ਅਕਾਲ ਪੁਰਖ, ਤੇਰੀ ਸੁਰਤ ਵਿੱਚ, ਤੇਰੀ ਗੱਲ ਵਿੱਚ ਝਗੜਾ ਆਏ ਨੇ। ਅਨ ਝੰਜ ਗਾਤ, ਅਨ ਝੰਜ ਜਿਹੜੀ ਤੇਰੀ ਗਾਤ ਬਣੇ ਮਰਿਆਦਾ, ਜਿਹੜੀ ਤੇਰੀ ਮਰਿਆਦਾ, ਇਹਦਾ ਕੋਈ ਝਗੜਾ ਨਹੀਂ। ਵਾਹਿਗੁਰੂ ਮੇਰੇ ਮਾਲਕ ਤੇਰੇ ਚਰਨਾਂ 'ਚ ਮੇਰੀ ਨਮਸਕਾਰ। ਕਿਉਂ ਨਹੀਂ ਝਗੜਾ ਤੇਰੀ ਗੱਲ ਵਿੱਚ ਝਗੜਾ ਕਿਉਂ ਨਹੀਂ, ਕਿਉਂਕਿ ਤੂੰ ਪੱਖਪਾਤੀ ਨਹੀਂ। ਅਨਰੰਜ ਬਾਤ, ਤੂੰ ਰੰਜਿਸ਼ ਕਰਕੇ ਕਿਸੇ ਦੀ ਗੱਲ ਨਹੀਂ ਕਰਦਾ। ਕਈ ਲੋਕ ਨੇ ਜਿਹੜੇ ਰੰਜਿਸ਼ ਰੱਖ ਕੇ ਗੱਲ ਕਰਦੇ, ਵੀ ਇਹ ਹੁਣ ਬੰਦਾ ਕਾਬੂ ਆਇਆ ਕਿਸੇ ਗੱਲੋਂ, ਉਹਦੇ ਨਾਲ ਉਹ ਗੁੱਸੇ ਸੀ ਅਤੇ ਹੁਣ ਉਹ ਆ ਗਿਆ, ਹੁਣ ਮੈਂ ਕਰੂੰ ਫੈਸਲਾ, ਅਤੇ ਉਹ ਰੰਜਿਸ਼ ਕਰਕੇ ਵੀ ਇਸ ਬੰਦੇ ਨੇ ਮੇਰੇ ਨਾਲ ਕਦੀ ਅੱਖਾਂ ਵਿਖਾਈਆਂ ਸੀ, ਇਸ ਬੰਦੇ ਨੇ ਮੈਨੂੰ ਆਹ ਕੀਤਾ ਸੀ। ਅਤੇ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਝਗੜਿਆਂ ਤੋਂ ਰਹਿ, ਤੂੰ ਤਾਂ ਹੈ ਕਿਉਂਕਿ ਤੇਰੀ ਗੱਲ ਵਿੱਚ ਰੰਜਿਸ਼ ਹੈ ਨਹੀਂ। ਰੰਜ ਮੈਨੇ ਰੰਜਿਸ਼, ਰੱਬ ਦੀ ਕੋਈ ਤੁੱਕ ਪੜ੍ਹ ਕੇ ਵੇਖ ਲਓ, ਇਹਦੇ ਵਿੱਚ ਰੰਜਿਸ਼ ਕੋਈ ਨਹੀਂ। ਸਰਬੱਤ ਦੇ ਭਲੇ ਦੀਆਂ ਗੱਲਾਂ ਨੇ, ਨਾ ਕੋ ਵੈਰੀ, ਇਹ ਮੂਰਖ ਹੁਣ ਨਹੀਂ ਸੁਣਦੇ ਤਾਂ ਕੀ ਕੀਤਾ ਜਾਵੇ। ਦੋਵੇਂ ਫਿਰਕੇ ਨਹੀਂ ਸੁਣ ਰਹੇ, ਦੋਵੇਂ ਫਿਰਕੇ ਖਹਿ ਕੇ ਤਾਂ ਮਰ ਗਏ ਨੇ, ਮਗਰ ਗੁਰੂ ਨਾਨਕ ਦੀ ਗੱਲ ਸੁਣਦੇ ਹੀ ਨਹੀਂ, ਕਬੀਰ ਜੀ ਦੀ ਗੱਲ ਸੁਣਦੇ ਹੀ ਨਹੀਂ। ਕਮਾਲ ਦੀ ਗੱਲ ਹੈ, ਮੁਸਲਮਾਨ ਵੀ ਨਹੀਂ ਮੰਨਦਾ ਵੀ ਕਬੀਰ ਮੁਸਲਮਾਨ ਸੀ, ਹਿੰਦੂ ਨਹੀਂ ਮੰਨਦਾ ਵੀ ਹਿੰਦੂ ਸੀ ਉਹ। ਮੁਸਲਮਾਨ ਨੂੰ ਕਹਿ ਕੇ ਪੁੱਛ ਕੇ ਵੇਖ ਲਓ ਵੀ ਕਬੀਰ ਸਾਹਿਬ ਤੁਹਾਡੇ 'ਚ ਹੋਏ ਨੇ, ਕਹਿੰਦੇ ਨਹੀਂ ਜੀ ਸਾਡਾ ਬੰਦਾ ਨਹੀਂ ਸੀ। ਕਿਉਂ? ਸੱਚ ਬੋਲਦਾ ਸੀ ਉਹ, ਕਹਿੰਦੇ ਸਾਡਾ ਬੰਦਾ ਹੀ ਨਹੀਂ ਸੀ। ਹੁਣ ਕਹਿ ਕੇ ਵੇਖ ਲਓ, ਅਨੰਦਪੁਰ ਸਾਹਿਬ ਕੋਈ ਜਾਂਦਾ ਹੋਵੇ, ਅਨੰਦਪੁਰ ਸਾਹਿਬ ਕੋਈ ਰਹਿੰਦਾ ਹੋਵੇ, ਤਾਂ ਉੱਥੋਂ ਦੀ ਕਮੇਟੀ ਨੂੰ ਪੁੱਛ ਕੇ ਵੇਖ ਲਓ ਵੀ ਇੱਥੇ ਫਲਾਣਾ ਬੰਦਾ ਅਨੰਦਪੁਰ ਸਾਹਿਬ, ਕਹਿੰਦੇ ਨਾ ਸਾਡਾ ਕੋਈ ਨਹੀਂ ਲੱਗਦਾ ਉਹ। ਸੱਚ ਬੋਲ ਕੇ ਵੇਖ ਲਓ,
ਝੂਠ ਬੋਲੇ ਸਰੋਪੇ ਪਹਿਣਗੇ, ਝੂਠ ਬੋਲੇ ਸਭ ਗੁਲਦਸਤੇ ਵੀ ਦੇਣਗੇ, ਦਫ਼ਤਰ 'ਚ ਪਾ ਕੇ ਚਾਹਵਾਂ ਵੀ ਪਿਆਉਣਗੇ। ਕੀ ਹੈ ਸਭ ਕੁਛ? ਇਹਦਾ ਕਾਰਨ ਇਹੋ ਹੀ ਆ ਕਿ ਮੇਰੇ ਸਾਹਿਬ ਜੀ ਦੀ ਇੱਕ ਅੰਗ ਤੋਂ 1430 ਅੰਗ ਤੱਕ ਦੀ ਜਿਹੜੀ ਬਾਣੀ, ਇਹਦੇ 'ਚ ਰੰਜਿਸ਼ ਕਿਸੇ ਨਾਲ ਨਹੀਂ। ਹਿੰਦੂ ਨੂੰ ਕਿਹਾ ਤੂੰ ਹਿੰਦੂ ਸਿੱਧਾ ਹੋ, ਸੂਤ ਪਾਏ ਕਰੇ ਬੁਰਿਆਈ। ਸੂਤ ਦਾ ਜਨੇਊ ਗਲ ਵਿੱਚ ਪਾ ਕੇ ਜੇ ਤੁਸੀਂ ਬੁਰੇ ਕੰਮ ਕਰਦੇ ਹੋ ਨਾ, ਸੂਤ ਪਾਏ ਕਰੇ ਬੁਰਿਆਈ ਅਤੇ ਨਹਾਤਾ ਧੋਤਾ ਥਾਏ ਨਾ ਪਾਈ। ਜੇ ਤੂੰ ਜਨੇਊ ਪਾ ਕੇ ਬੁਰਿਆਈਆਂ ਕਰ ਰਿਹਾ, ਤਾਂ ਮੈਂ ਆਪਣੇ ਨੂੰ ਵੀ ਕਹਿੰਦਾ ਵੀ ਗਾਤਰਾ ਪਾ ਕੇ ਜੇ ਤੇਰੀ ਸੁਰਤ ਬੁਰਾ ਕੰਮ ਕਰਦੀ ਜਾਂ ਤੇਰਾ ਤੂੰ ਉਜਾੜਾ ਚਾਹੁੰਦਾ ਹੈ ਤਾਂ ਤੂੰ ਗਾਤਰੇ ਵਾਲਾ ਉੱਲੂ ਹੈ, ਤੂੰ ਗੋਲ ਪੱਗ ਵਾਲਾ ਉੱਲੂ ਹੈ। ਜੇ ਤੂੰ ਚਾਹੁੰਦਾ ਵੀ ਕੌਮ ਉੱਜੜ ਜਾਵੇ, ਦੁਨੀਆ ਉੱਜੜ ਜਾਵੇ, ਅਸਲੀਅਤ ਉਹ ਹੁੰਦੀ ਆ ਜਿਹੜੀ ਗਿਆਨ ਨੂੰ ਪ੍ਰਵਾਨ ਕਰੇ ਅਤੇ ਉਹਦੀ ਗੱਲ ਵਿੱਚੋਂ ਕਿਸੇ ਨੂੰ ਰੰਜਿਸ਼ ਰੱਖ ਕੇ ਬੋਲਿਆ ਉਹ ਦਰਦ ਨਾ ਹੋਵੇ, ਉਹਦੇ 'ਚੋਂ ਬਦਬੋ ਨਾ ਆਵੇ ਗੱਲ ਵਿੱਚੋਂ ਵੀ ਇਹਨੇ ਜਿਹੜੀ ਗੱਲ ਕੀਤੀ ਹੈ ਭਾਅ ਜੀ ਮੈਨੂੰ ਲਾ ਕੇ ਕੀਤੀ। ਅਤੇ ਦੁਨੀਆ ਨੇ ਤਰਨਾ ਤਾਂ ਤਾਂ ਹੀ ਆ ਜੇ ਗੁਰੂ ਨਾਨਕ ਦੀ ਗੱਲ ਸੁਣਨਗੇ, ਅਤੇ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ। ਕਦੀ ਦੁਨੀਆ ਦਾ ਭਲਾ ਇਸ ਮੰਝ ਧਾਰ ਵਿੱਚੋਂ ਨਿਕਲਣਾ ਦੁਨੀਆ ਨੇ ਉਦਣ ਆ ਜਿੱਦਣ ਗੁਰੂ ਨਾਨਕ ਸਾਹਿਬ ਦੀ ਸੱਚ ਸੁਣਾਏ ਸੀ, ਸੱਚ ਕੀ ਬੇਲਾ ਸੱਚ ਕੀ ਬਾਣੀ ਨਾਨਕ ਆਖੇ। ਇਹ ਅੱਜ ਨਹੀਂ ਤਾਂ ਕੱਲ੍ਹ ਕੋਈ ਗੱਲ ਨਹੀਂ, ਕਰੋਨਾ ਆਈ ਆ ਪਤਾ ਨਹੀਂ ਹੋਰ ਹਾਲੀ ਕੁਝ ਕਹਿੰਦੇ ਨੇ, ਇਹਦੇ ਤੋਂ ਅੱਗੇ ਵੀ ਕੋਈ ਆਉਣੀ ਹੈ, ਇਹ ਮਾਰਾਂ ਸਹਿੰਦੇ ਰਹੋ, ਮਾਰਾਂ ਸਹਿੰਦੇ ਰਹੋ ਸੰਸਾਰ ਦੇ ਲੋਕ। ਇਹ ਸਭ ਕੁਝ ਸੰਭਾਲਿਆ ਜਾ ਸਕਦਾ ਜੇ ਤੁਸੀਂ ਅੱਜ ਕਿਤੇ ਰੱਬ ਦੇ ਚਰਨਾਂ 'ਚ ਡਿੱਗ ਪਓ। ਤੁਸੀਂ ਤਾਂ ਇੱਥੋਂ ਤੱਕ ਦੀਆਂ ਮਨਹੂਸ ਗੱਲਾਂ ਵੀ ਕਰਦੇ ਵੀ ਰੱਬ ਦਾ ਘਰ ਵੀ ਬੰਦ ਕਿਉਂ ਨਹੀਂ ਹੁੰਦਾ। ਕਈ ਮੈਂ ਇਹੋ ਜਿਹੇ ਲੋਕਾਂ ਦੀ ਭਾਸ਼ਾ ਸੁਣੀ ਆ ਜਿਹੜੇ ਇਸ ਸੋਚ ਵਿੱਚ ਬੈਠੇ ਆ ਵੀ ਜੇ ਮੰਦਰ ਨੂੰ ਤਾਲਾ ਲੱਗਾ ਹੈ, ਮੰਦਰ ਗੁਰਦੁਆਰਿਆਂ ਦੂਸਰਿਆਂ ਨੂੰ ਤਾਲਾ ਲੱਗਾ ਹੈ, ਅਤੇ ਹਰਿਮੰਦਰ ਸਾਹਿਬ ਨੂੰ ਤਾਲਾ ਕਿਉਂ ਨਹੀਂ ਲੱਗ ਰਿਹਾ? ਪਾਗਲੋ, ਇਹ ਰੱਬ ਦਾ ਘਰ ਆ। ਵਾਹਿਗੁਰੂ, ਇੱਥੇ ਕਿਸੇ ਇੱਕ ਪੱਖ ਦੀ ਗੱਲ ਨਹੀਂ ਕੀਤੀ ਜਾ ਸਕਦੀ। ਮਸਜਿਦ ਵਿੱਚ ਕੇਵਲ ਮੁਸਲਮਾਨ ਦੀ ਗੱਲ ਕੀਤੀ, ਮੰਦਰ ਵਿੱਚ ਕੇਵਲ ਮੁਸਲਮਾਨ ਦੀ, ਚਰਚ ਵਿੱਚ ਕੇਵਲ ਈਸਾਈ ਦੀ। ਇਹ ਹਰਿਮੰਦਰ ਸਾਹਿਬ 'ਤੇ ਸਵੇਰ ਤੋਂ ਜਦੋਂ ਅਰਦਾਸ ਸ਼ੁਰੂ ਹੁੰਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਸਰਬੱਤ ਦੇ ਭਲੇ 'ਤੇ ਵੀ ਉਂਗਲਾਂ ਨਾ ਚੁੱਕੋ। ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ, ਹੇ ਅਕਾਲ ਪੁਰਖ, ਤੇਰਾ ਝਗੜਾ ਤਾਂ ਕਿਸੇ ਗੱਲ ਤੋਂ ਨਹੀਂ ਕਿ ਤੇਰੀ ਗੱਲ ਵਿੱਚ ਰੰਜਿਸ਼ ਹੈ ਨਹੀਂ, ਤੂੰ ਰੰਜਿਸ਼ ਤੋਂ ਰਹਿਤ ਹੈ, ਤੂੰ ਸਰਬੱਤ ਦੇ ਭਲੇ ਦੇ ਵਚਨ ਕਰਦਾ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਨਟੁੱਟ ਭੰਡਾਰ ਜਿਹੜਾ ਤੇਰਾ ਭੰਡਾਰਾ ਹੈ, ਨਾ ਮੁੱਕਣ ਵਾਲਾ, ਖਾਵੇ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਹੋ ਜਾਈ। ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ, ਜਿਹੜਾ ਤੇਰਾ ਭੰਡਾਰਾ ਹੈ ਅਨਟੁੱਟ ਹੈ, ਤੇਰੇ ਚਰਨ ਮੇਰੀ ਨਮਸਕਾਰ ਹੈ, ਅਨਠੱਟ ਅਪਾਰ, ਤੈਨੂੰ ਕਿਸੇ ਨੇ ਸਥਾਪਿਤ ਨਹੀਂ ਕੀਤਾ, ਤੇਰਾ ਠਾਠ ਕਿਸੇ ਨੇ ਬਣਾਇਆ ਨਹੀਂ। ਆ ਠਾਠ ਵੇਖੋ ਬਣਾਏ ਸਾਰੇ, ਕਹਿੰਦੇ ਸਾਡੇ ਠਾਠ 'ਤੇ ਆ ਜਾਓ, ਉੱਥੇ ਫਲਾਣਿਆਂ ਦਾ ਠਾਠ ਆ, ਠਾਠ ਆ, ਇਹਨਾਂ ਦੇ ਪਿੱਛੇ ਕੁਛ ਸ਼ਕਤੀ ਹੈ, ਮਗਰ ਰੱਬ ਦਾ ਠਾਠ ਜਿਹੜਾ ਥਾਂ ਹੈ ਉਹਨੂੰ ਕਿਸੇ ਨੇ ਸਥਾਪਿਤ ਨਹੀਂ ਕੀਤਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਆਪੇ ਆਪ ਰੰਜਨ, ਉਹ ਮੇਰਾ ਮਾਲਕ, ਉਹਦੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅੱਗੇ ਜਾ ਕੇ ਕਹਿੰਦੇ, ਆ ਡੀਠ ਧਰਮ, ਜਿਹੜਾ ਤੇਰਾ ਕਰਤਵ ਹੈ, ਜਿਹੜੇ ਤੇਰੇ ਕਾਨੂੰਨ ਨੇ, ਉਹ ਦਿਸਦੇ ਨਹੀਂ ਕਿਸੇ ਨੂੰ, ਚਾਲੂ ਨੇ, ਆ ਡੀਠ ਧਰਮ। ਅੱਗੇ ਸਤਿਗੁਰੂ ਪਾਤਸ਼ਾਹ ਜੀ ਬੜੇ ਸੋਹਣੇ ਬਚਨ ਕਹਿੰਦੇ, ਅਤ ਢੀਠ ਕਰਮ, ਜਿਹੜੇ ਤੇਰੀ ਬਖਸ਼ਿਸ਼ ਹੈ, ਬੜੀ 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 ਢੀਠਾਂ ਵਾਲੀ ਹੈ, ਜਿਹਦੇ ਕੋਲੋਂ ਖੋਣ 'ਤੇ ਆ ਜਾਏ
ਹੁਣ ਕਿੰਨੀਆਂ ਅਰਦਾਸਾਂ ਹੁੰਦੀਆਂ, ਕਿੰਨੀਆਂ ਪੂਜਾ ਹੁੰਦੀਆਂ, ਕਿੰਨੇ ਮੰਤਰ, ਕਿੰਨੇ ਜੰਤਰ, ਕਿੰਨੀਆਂ ਦਵਾਵਾਂ ਹੁੰਦੀਆਂ, ਕਾਬੂ ਹੋਣ ਡਿਆ ਕਿਸੇ ਦੇ? ਕਹਿੰਦਾ ਨਾ ਜੀ, ਢੀਠ ਬੜਾ ਹੈ। ਗੁਰੂ ਗੋਬਿੰਦ ਸਿੰਘ ਇੱਕ ਵਾਹਦ ਐਸੀ ਹਸਤੀ ਜਿਹੜੀ ਰੱਬ ਨੂੰ ਵੀ ਕਹਿੰਦੀ ਤੇਰੇ ਜਿੱਡਾ ਢੀਠ ਵੀ ਕੋਈ ਨਹੀਂ। ਅੱਤ ਢੀਠ ਕਰਮ, ਜਿਹੜੀਆਂ ਤੇਰੀਆਂ ਬਖਸ਼ਾਂ ਨੇ ਨਾ, ਅੱਤ ਢੀਠਾਂ ਵਾਲੀਆਂ ਨੇ। ਤੂੰ ਹੁਣ ਜੇ ਇਸ ਤਰ੍ਹਾਂ 'ਤੇ ਆ ਗਿਆ ਕਾਬੂ ਕਰਨ 'ਤੇ, ਤਾਂ ਸਾਰਿਆਂ ਦੇ ਮੂੰਹ ਦੇ ਉੱਤੇ ਸਕਾਬ ਜੇ ਪਵਾਤੇ ਨੇ, ਬੋਲ ਨਹੀਂ ਸਕਦੇ, ਖੁੱਲ੍ਹੇ ਮੂੰਹ ਨਹੀਂ ਤੁਸੀਂ ਤੁਰ ਸਕਦੇ। ਇਹ ਸਾਰਾ ਕੁਝ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਕਰਮ ਬੜੇ ਦ੍ਰਿੜ ਨੇ, ਬਖਸ਼ਾਂ ਭਰੇ ਨੇ ਅਤੇ ਬੜੇ ਢੀਠਾਂ ਵਾਲੇ ਨੇ। ਜੇ ਖੋਣ 'ਤੇ ਆ ਜਾਏ ਤਾਂ ਖੋ ਹੀ ਲੈਣਾ ਹੈ, ਦੇਣ 'ਤੇ ਆਵੇ ਤਾਂ ਦੇ ਹੀ ਦੇਣਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਨ ਵਰਨ, ਜਿਹਨੂੰ ਵਰਣਨ ਨਾ ਕੀਤਾ ਜਾ ਸਕਦੇ, ਅਰਨ ਵਰਨ, ਅਨ ਵਰਨ, ਅਨੰਤ ਅਨੰਤੇ, ਤੇਰਾ ਕੋਈ ਵਰਣਨ ਨਹੀਂ ਕਰ ਸਕਦਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਦਾਤਾ ਮਹੰਤ, ਤੂੰ ਮਹੰਤ ਹੈ, ਸਾਰੇ ਸੰਸਾਰ ਦਾ ਮੁਖੀ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਹਰ ਬੋਲ ਮਨਾ ਛੰਦ ਤਬ ਪ੍ਰਸਾਦ, ਇਹ ਛੰਦ ਦਾ ਨਾਮ ਆ, ਹਰ ਬੋਲ, ਹਰੀ ਨਹੀਂ, ਹਰ ਬੋਲ, ਹਰ ਬੋਲ ਸਿਆਰੀ ਜਿਹੜੀ ਉਹ ਮੁਕਤਾ ਹੈ, ਆਵਾਜ਼ ਨਹੀਂ ਦਿੰਦੀ, ਪਿੱਛੇ ਹੋਵੇ ਤਾਂ ਹਰੀ ਬਣਨਾ ਹੈ। ਹਰ ਬੋਲ ਮਨਾ ਛੰਦ, ਤੇਰੀ ਕਿਰਪਾ ਨਾਲ ਮੈਂ ਇਹ ਛੰਦ ਕਹਿਣ ਲੱਗਾ ਹੈ। ਕਰੁਣਾ ਲਿਆ ਹੈ, ਕਰਨਾ ਨਹੀਂ, ਔਂਕੜ ਬੁਲਾ ਕੇ ਦਿਆਲੂ ਹੈ, ਕਰੁਣਾ ਮੈਨੂੰ ਹੁੰਦਾ ਦਇਆਵਾਨ। ਹੇ ਵਾਹਿਗੁਰੂ, ਤੇਰੇ ਜਿੱਡਾ ਦਇਆਵਾਨ ਵੀ ਕੋਈ ਨਹੀਂ, ਤੇਰਾ ਦਿਆਲੂ ਵੀ ਕੋਈ ਨਹੀਂ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਰ ਘਾਲਿਆ ਹੈ, ਨਾਸ਼ ਕਰਨ ਵਾਲਾ ਵੀ ਤੂੰ ਹੀ ਹੈ, ਜਿੱਥੇ ਦਿਆਲੂ ਤੂੰ ਹੈ ਉੱਥੇ ਤੂੰ ਬੜਿਆਂ ਬੜਿਆਂ ਦਾ ਨਾਸ਼ ਵੀ ਕਰ ਦਿੰਦਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਖਲ ਖੰਡਨ ਹੈ, ਖਲ ਖੰਡਨ ਹੈ, ਜਿਹੜੇ ਖਲ ਖਿਆਲ ਅੰਦਰ ਆਉਂਦੇ ਉਹਨਾਂ ਦਾ ਤੂੰ ਖੰਡਨ ਕਰ ਦਿੰਦਾ ਹੈ। ਖਲ ਮਣੇ ਮੂਰਖ ਵੀ ਹੁੰਦੇ, ਦੁਸ਼ਟ ਵੀ ਹੁੰਦੇ, ਦੁਸ਼ਟਾਂ ਨੂੰ ਤੂੰ ਮਾਰਨ ਵਾਲਾ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਮਹਿਮੰਡਨ ਹੈ, ਮੰਡਨ ਮੈਂ ਹੁੰਦਾ ਹੈ ਮੰਡਪ, ਜੇ ਕੋਈ ਸ਼ਬਦ ਆਉਂਦਾ ਮੰਡਪ, ਮੰਡਪ ਸੱਜਿਆ ਉੱਥੇ ਸ਼ਿੰਗਾਰ ਕੀਤਾ ਹੋਵੇ ਤਾਂ ਕਹਿੰਦੇ ਬੜਾ ਸੋਹਣਾ ਮੰਡਪ ਲੱਗਾ। ਸਾਹਿਬ ਕਹਿੰਦੇ ਇਹ ਧਰਤੀ ਦੇ ਉੱਤੇ ਤੂੰ ਇੱਕ ਸ਼ਿੰਗਾਰ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਪ੍ਰਕਾਸ਼ਮਾਨ ਨਾ ਹੋ ਤਾਂ ਧਰਤੀ ਕਿੰਨੀ ਕੁਰੂਪ ਹੋਵੇ, ਵਾਹਿਗੁਰੂ ਧਰਤੀ ਦੇ ਕੀ ਕੁਛ ਹੋ ਰਿਹਾ, ਬੋਲ ਤਾਂ ਕੋਈ ਵੀ ਨਹੀਂ ਰਿਹਾ, ਜੋ ਜੋ ਕੀਤਾ ਜਾ ਰਿਹਾ ਹੈ ਅੱਗੋਂ ਕੁਛ ਵੀ ਨਹੀਂ ਬੋਲ ਰਿਹਾ। ਇੱਕ ਵਾਹਦ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਜਿਹੜਾ ਜਦੋਂ ਤੁਸੀਂ ਜਾਂਦੇ ਹੋ ਤਾਂ ਅੱਗੋਂ ਬੋਲ ਕੇ ਤੁਹਾਡੇ ਨਾਲ ਗੱਲ ਕਰਦੇ, ਕੋਈ ਮੂਰਤੀ ਨਹੀਂ ਬੋਲਦੀ, ਕੋਈ ਮਸਜਿਦ ਵਿੱਚ ਨਮਾਜ਼ ਪੜ੍ਹਨ ਵਾਲੇ ਦੇ ਅੱਗੋਂ ਕੋਈ ਜਵਾਬ ਨਹੀਂ ਆਉਂਦਾ, ਮਗਰ ਇੱਥੇ ਹੁਕਮਨਾਮਾ ਲਿਆ ਜਾਂਦਾ ਹੈ, ਹੁਕਮਨਾਮਾ ਲਿਆ ਜਾਂਦਾ, ਬਾਣੀ ਪ੍ਰਭ ਕੀ ਸਭ ਕੁਝ ਬੋਲੇ, ਆਪ ਡੋਲਣਾ ਕਬਹੂੰ ਡੋਲੇ। ਸਤਿਗੁਰੂ ਗਰੀਬ ਨਵਾਜ, ਇਸ ਧਰਤੀ ਦੇ ਤੁਸੀਂ ਸ਼ਿੰਗਾਰ ਹੋ, ਇਹ ਧਰਤੀ ਕਿੰਨੀ ਕਰੂਪ ਦਿਸੇ ਜੇ ਤੁਹਾਡਾ ਪ੍ਰਕਾਸ਼ਮਾਨ ਇਸ ਧਰਤੀ 'ਤੇ ਨਾ ਹੋਵੇ ਤਾਂ ਤੁਹਾਡੇ ਪ੍ਰਕਾਸ਼, ਤੁਹਾਡੇ ਨਿਸ਼ਾਨ ਝੁੱਲਦੇ ਨੇ ਅਤੇ ਇਹ ਧਰਤੀ ਸੋਹਣੀ ਲੱਗਦੀ ਅਤੇ ਇਸ ਵਿੱਚ ਧਰਤੀ ਥਾਪ ਰੱਖੀ। ਧਰਮਸਾਲ ਰਾਤੀ ਰੁੱਤੀ ਥਿੱਤੀ ਵਾਰ, ਇਹ ਰਾਤਾਂ ਇਹ ਰੁੱਤਾਂ ਇਹ ਥਿੱਤਾਂ ਵਾਰ, ਪੌਣ ਪਾਣੀ ਅਗਨੀ ਪਤਾਲ, ਇਹ ਸਾਰਾ ਸ਼ਿੰਗਾਰ ਹੀ ਤਾਂ ਹੈ ਤੇਰਾ ਕੀਤਾ। ਜੇ ਰੁੱਤਾਂ ਹੀ ਨਾ ਹੋਣ, ਇੱਕੋ ਹੀ ਰੁੱਤ ਹੋਵੇ ਤਾਂ ਕਿੰਨਾ ਬੁਰਾ ਲੱਗੇ, ਰੁੱਤਾਂ ਬਦਲਦੀਆਂ ਰਹਿੰਦੀਆਂ, ਬੱਦਲ ਚੜ੍ਹਦੇ ਰਹਿੰਦੇ, ਇਹ ਸਭ ਸ਼ਿੰਗਾਰ ਤੇਰਾ ਹੈ। ਮਹਿਮੰਡਨ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਜਗਤੇਸ਼ਵਰ ਹੈ, ਜਗਤ ਦਾ ਸਵਾਮੀ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਪਰਮੇਸ਼ਵਰ ਹੈ, ਸਾਰਿਆਂ ਦਾ ਈਸ਼ਵਰ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਕੱਲ ਕਾਰਨ ਹੈ, ਕੱਲ ਕਾਰਨ ਹੈ, ਕਲੇਸ਼ ਪਾਉਣ ਵਾਲਾ ਵੀ ਤੂੰ ਹੀ ਹੈ, ਕਲੇਸ਼ ਪਾਉਣ ਵਾਲਾ ਵੀ ਤੂੰ ਹੀ ਹੈ, ਕਲਯੁੱਗ ਦੇ ਕਲੇਸ਼ ਪਾਉਣ ਦਾ ਮੂਲ ਤੂੰ ਹੀ ਹੈ। ਜਿੱਥੇ ਤੇਰਾ ਜੀ ਕਰਦਾ ਹੈ ਉੱਥੇ ਕਲੇਸ਼ ਪਾ ਦਿੰਦਾ ਹੈ, ਜਿੱਥੇ ਜੀ ਕਰਦਾ ਹੈ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਵੀ ਬਣ ਜਾਂਦਾ ਹੈ।
ਇੱਕ ਪਾਸੇ ਕਲੇਸ਼ ਪਾ ਦੇਣਾ, ਦੂਸਰੇ ਪਾਸੇ ਆਣ ਕੇ ਕਿੰਨਾ ਕੀ ਗੱਲ ਹੋ ਗਈ ਹੈ ਬਈ, ਸ਼ਾਂਤੋ ਜੋ ਸਾਰੇ ਵਾਹਿਗੁਰੂ ਦਾ ਨਾਮ ਜਪੋ, ਉੱਥੇ ਆਣ ਕੇ ਸ਼ਾਂਤੀ ਵੀ ਕਰਾ ਦੇਣਾ ਹੈ, ਆਪੇ ਕਲੇਸ਼ ਪਾ ਦੇਣਾ ਹੈ, ਆਪੇ ਸ਼ਾਂਤੀ ਕਰਾ ਦੇਣਾ। ਇੱਥੇ ਕਹਿੰਦੇ ਕੱਲ ਕਾਰਨ ਹੈ, ਕਲੇਸ਼ ਦਾ ਮੂਲ ਕਾਰਨ ਵੀ ਤੂੰ ਹੀ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ, ਸਰਬ ਉਬਾਰਨ ਹੈ, ਆਣ ਕੇ ਬਚਾਓ ਵੀ ਤੂੰ ਹੀ ਲੈਣਾ, ਕਲੇਸ਼ ਤੋਂ ਬਚਾ ਵੀ ਤੂੰ ਹੀ ਲੈਣਾ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਧ੍ਰਿਤ ਕੇ ਧਰਨ ਹੈ, ਧਰਤੀ ਨੂੰ ਬਣਾਉਣ ਵਾਲਾ ਹੈ, ਤਰਵਾਸ ਦੇਣ ਵਾਲਾ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਜੱਗ ਕੇ ਕਰਨ ਹੈ, ਜੱਗ ਦੇ ਬਣਾਉਣ ਦਾ ਮੂਲ ਕਾਰਨ ਤੂੰ ਹੈ, ਜਗਤ ਤੇਰੇ ਤੋਂ ਹੀ ਪੈਦਾ ਹੋਇਆ, ਕੀਤਾ ਪਸਾਓ ਇੱਕੋ ਕਵਾਓ, ਤਿਸ 'ਤੇ ਹੋਏ ਲੱਖ ਦਰਿਆਓ, ਇਹ ਤੇਰੇ ਵਿੱਚੋਂ ਸਾਰਾ ਪਸਾਰਾ ਪੈਦਾ ਹੋਇਆ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਮਨ ਮਾਨਿਆ ਹੈ, ਮਨ ਮਾਨਿਆ ਹੈ, ਸਾਰੀ ਸ੍ਰਿਸ਼ਟੀ ਦਾ ਮਨ ਤੇਰੇ ਵਿੱਚ ਮੰਨਦਾ ਹੈ, ਇੱਕ ਬੰਦੇ 'ਤੇ 10 ਬੰਦਿਆਂ ਦਾ ਮਨ ਮੰਨਦਾ ਹੈ, 10 ਦਾ ਨਹੀਂ ਮੰਨਦਾ, 10 ਕਹਿੰਦੇ ਭਾਅ ਜੀ ਮੈਂ ਨਹੀਂ ਮੰਨਦਾ ਉਹਦੀ ਗੱਲ ਨੂੰ, ਮਗਰ ਤੇਰੀ ਗੱਲ 'ਤੇ ਜਿਹਦੀ ਸਮਝ ਵਿੱਚ ਆ ਜਾਏ ਨਾ, ਉਹ ਸਾਰੇ ਕਹਿੰਦੇ ਗੱਲ ਤਾਂ ਠੀਕ ਆ ਬਈ। ਇਹ ਜਿਹੜਾ ਸ਼ਬਦ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਹੁਣ ਮੁਸਲਮਾਨ ਵੀ ਬੋਲਦੇ ਨੇ, ਬਾਣੀ ਗੁਰੂ ਨਾਨਕ ਦੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਬੀਰ ਜੀ ਦੇ ਬਚਨ ਨੇ, ਮਰਾਠੇ ਕਿਸੇ ਨਾਲ ਗੱਲ ਕਰਕੇ ਵੇਖ ਲਓ ਉਹ ਵੀ ਬੋਲਦਾ ਹੈ, ਬੜੇ ਬੜੇ ਨੇਤਾ ਬੋਲਦੇ ਨੇ, ਬੜੇ ਬੜੇ ਸਾਧੰਤ ਮਹਾਤਮਾ ਬੋਲਦੇ ਨੇ, ਸਾਰੇ ਬੋਲਦੇ, ਕਿਉਂਕਿ ਤੇਰੀ ਗੱਲ ਦੇ ਜਿਹਨੂੰ ਸਮਝ ਪੈ ਗਈ ਵੀ ਗੁਰੂ ਸਾਹਿਬ ਕਹਿਣਾ ਕੀ ਕਹਿੰਦੇ, ਮਾਨਸ ਕੀ ਜਾਤ ਸਭੇ, ਇਹਨਾਂ ਗੱਲਾਂ ਨੂੰ ਕੌਣ ਝਠਿਆਊਗਾ, ਸਾਰੇ ਸੰਸਾਰ ਦਾ ਮਨ ਤੇਰੀ ਗੱਲ ਉੱਤੇ ਮੰਨਦਾ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਜਗ ਜਾਣਿਆ ਹੈ, ਜਗਤ ਸਾਰੇ ਦੇ ਵਿੱਚ ਤੂੰ ਜਾਣਨ ਯੋਗ ਆ, ਤੈਨੂੰ ਸਾਰੇ ਹੀ ਜਾਣਦੇ, ਕੌਣ ਕਹਿ ਸਕਦਾ ਮੈਂ ਰੱਬ ਨੂੰ ਨਹੀਂ ਜਾਣਦਾ, ਮੰਨੇ ਨਾ ਮੰਨੇ ਵੱਖਰੀ ਕਹਾਣੀ ਹੈ, ਮਗਰ ਜਦੋਂ ਤੁਸੀਂ ਕਹਿ ਕੇ ਵੇਖੋ ਸਭਨਾ ਜੀਆਂ ਕਾ ਉਸੇ ਵੇਲੇ ਨਾਲ ਬੋਲਣਗੇ ਵੀ ਹਾਂ ਬਈ ਸਾਰਿਆਂ ਜੀਆਂ ਦਾ ਦਾਤਾ ਤਾਂ ਇੱਕ ਹੀ ਹੈ। ਇੱਥੇ ਵੀ ਕਹਿੰਦੇ ਜਗਤ ਸਾਰਾ ਹੀ ਤੈਨੂੰ ਜਾਣਦਾ ਹੈ, ਜਗਤ ਦੇ ਜਾਣਨ ਯੋਗ ਵਾਹਿਗੁਰੂ ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਸਤਿਗੁਰੂ ਕਿਰਪਾ ਕਰੇ, ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮੋਲਕ ਬਚਨ ਹੀਰੇ ਲਾਲ ਸਾਡੀ ਮੱਤ ਰੂਪੀ ਖੋਪਰੀ ਦੀ ਟੋਕਰੀ 'ਚ ਪਹਿਣ, ਭਾਂਡੇ ਵਿੱਚ ਪਹਿਣ, ਅਤੇ ਗਰੀਬ ਨਵਾਜ ਪਾਤਸ਼ਾਹ ਦੀ ਦਇਆ ਨਾਲ ਅਸੀਂ ਗੁਰੂ ਕੇ ਚੰਗੇ ਸਿੱਖ ਬਣ ਸਕੀਏ, ਰਹਿਤ ਬਹਿਤ ਵਾਲੇ ਬਣ ਸਕੀਏ, ਉੱਚੇ ਸੁੱਚੇ ਜੀਵਨ ਵਾਲੇ ਬਣ ਸਕੀਏ, ਸਰਬੱਤ ਦਾ ਭਲਾ ਮੰਗ ਸਕੀਏ, ਸਾਰਿਆਂ ਨਾਲ ਪ੍ਰੇਮ ਕਰ ਸਕੀਏ। ਸਤਿਗੁਰੂ ਸਾਡੇ ਸਿਰ 'ਤੇ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।